नमस्कार आदाब सत श्री अकाल दोस्तों, मैं थोड़ा अपना तेजपाल ते चस्का टीवी देखते दर्शकों का बहुत बहुत स्वागत है। दोस्तों आज है 24 जनवरी फ्राइडे, तो आज मूवी रिलीज़ हुई है जिंदे मेरी है, परमेश वर्मा पारी जी ते सोनम बाजवा जी। तो अज असी आए हैं वेयर पंजाब मॉल जिथे रिलीज़ हुई है, तो फर्स्ट डे फर्स्ट शो लोग देख के आ रहे हैं। बहुत वधिया मैंने तो रिस्पोंस लग रहा, लोग सारे देख के आ रहे थे, जिवें कि उन्होंने पहला मूवीज़ कीतिया ने रॉकी मेंटल दिन दी गल्लां सिंगम रोमांटिक भी सी एक्शन भी सी, बट इस बार जो नाम तो ही पता चल रहा है मूवी लग रही है थोड़ी जी रोमांटिक। सो दोस्तों आओ लोगों तो रिव्यूज़ जाने मूवी के बारे कर लेने कलोला कर लेने बाद आने जोगा पेपर च पढ़ लेने कलोला कर लेने कलोला कर लेने। इट वॉज़ रियली अ वेरी ऑसम मूवी, बहुत वधिया लग्या। एंड फर्स्ट ऑफ ऑल ये कहांगी कि स्टोरी बहुत अच्छी सी, बहुत डिफरेंट सी, एंड मॉरल बहुत अच्छा सीगा कि लाइक जिस तरह उन्होंने कहा है कि नशियां नूं किवें मतलब है ना प्रमोट नहीं करना, दूर करना है, तो किवें किन्नियां जानां जिहड़ियां हैगियां सिर्फ नशियां करके जा रही हैं। मतलब यूथ लई बहुत अच्छी मूवी हैगी है मेरे अकॉर्डिंग। तो मैम जोड़ी दोनों की कहो जी वधिया लगी, मतलब सोनम बाजवा ते परमेश्वर में जोड़ी वधिया लगी? पहली बहुत बहुत ज़्यादा वधिया, उन्होंने कैमिस्ट्री बहुत अच्छी सी, तो गुड मैसेज सी, मतलब बहुत वधिया। ਸਟਾਰ ਮੈਮ ਪੰਜ ਵਿੱਚੋਂ ਕਿੰਨੇ? 5 to 5, ਏਵਰ ਨਹੀਂ ਤਾਂ ਵੱਧ ਵੀ ਦੇ ਸਕਦੀ ਤਾਂ। ਥੈਂਕ ਯੂ ਮੈਮ, ਥੈਂਕਸ ਅ ਲੋਟ, ਥੈਂਕ ਯੂ। ਕਿੱਦਾਂ ਭਾਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ। ਵਧੀਆ ਵਧੀਆ, ਮੂਵੀ ਕਿਹੋ ਜਿਹੀ ਲੱਗੀ? ਬਹੁਤ ਘੈਂਟ ਮੂਵੀ ਹੈ ਵੀਰੇ, ਬਹੁਤ ਵਧੀਆ ਐਕਟਿੰਗ ਆ, ਪਰਮੇਸ਼ ਵਰਮਾ ਦੀ ਵੀ, ਸੋਨਮ ਬਾਜਵਾ ਦੀ, ਬਹੁਤ ਵਧੀਆ ਐਕਟਿੰਗ ਆ ਵੀਰੇ। ਦੋਨਾਂ ਦੀ ਜੋੜੀ ਵਧੀਆ ਲੱਗੀ? ਬਹੁਤ ਵਧੀਆ ਜੋੜੀ ਆ ਵੀਰੇ, ਬਹੁਤ ਘੈਂਟ ਅਲੱਗ ਜਿਹਾ ਦਿਖਾਇਆ ਹੋਇਆ ਯਾਰ, ਲਵ ਜਾਣੀ ਕਿ ਰੋਮੈਂਟਿਕ ਵੀ ਵਧੀਆ ਅਤੇ ਐਕਸ਼ਨ ਮੂਵੀ ਵੀ ਬਹੁਤ ਘੈਂਟ ਆ। ਆਊਟ ਆਫ 5 ਤਾਂ 5 ਹੀ ਦਊਂਗਾ ਬਾਈ। ਅੱਛਾ, ਅਤੇ ਆਪਾਂ ਪਹਿਲਾਂ ਜਿਵੇਂ ਆਪਾਂ ਦੇਖੀ ਉਹਨਾਂ ਦੀ ਮੂਵੀ, ਅਤੇ ਹੁਣ ਕਿੰਨੇ ਕੁ ਡਿਫਰੈਂਸ ਲੱਗਿਆ? ਬਹੁਤ ਡਿਫਰੈਂਸ ਹੈ, ਜਾਣੀ ਕਿ ਅਲੱਗ ਜਿਹਾ ਦਿਖਾਇਆ ਹੋਇਆ ਪਹਿਲਾਂ ਨਾਲੋਂ। ਪਹਿਲਾਂ ਜਾਣੀ ਕਿ ਉਹਨਾਂ ਦੀਆਂ ਮੂਵੀਆਂ ਥੋੜ੍ਹੀਆਂ ਜ਼ਿਆਦਾ ਐਕਸ਼ਨ ਸੀਗੀਆਂ, ਜਿਵੇਂ ਕਿ ਉਹ ਜਿਹਦੇ 'ਚ ਕਾਲਜ ਸੀਗਾ ਰੌਕੀ ਮੈਂਟਲ, ਜਾਣੀ ਕਿ ਉਹਨਾਂ ਨਾਲੋਂ ਤਾਂ ਬਹੁਤ ਅਲੱਗ ਆ। ਐਕਸ਼ਨ ਨਹੀਂ ਹੈਗਾ? ਹੈਗਾ ਐਕਸ਼ਨ ਬਾਈ, ਅਤੇ ਜਾਣੀ ਕਿ ਰੋਮੈਂਟਿਕ ਵੀ ਆ, ਅਲੱਗ ਜਿਹਾ ਦਿਖਾਇਆ ਵਾ। ਤੁਹਾਡੇ ਵੱਲੋਂ ਭਾਅ ਜੀ ਕਿੰਨੇ ਸਟਾਰ? 5 ਵਾਰ 5 ਵਧੀਆ ਲੱਗੀ? ਥੈਂਕ ਯੂ ਭਾਅ ਜੀ, ਥੈਂਕਸ ਅ ਲੋਟ, ਥੈਂਕ ਯੂ, ਥੈਂਕ ਯੂ। ਕਿਹੋ ਜਿਹੀ ਲੱਗੀ ਭਾਅ ਜੀ ਮੂਵੀ? ਮੂਵੀ ਬਹੁਤ ਹੀ ਜ਼ਿਆਦਾ ਔਸਮ, ਕਲਾਈਮੈਕਸ ਇਜ਼ ਸੁਪਰਬ। ਅੱਛਾ, ਬਹੁਤ ਵਧੀਆ ਮੂਵੀ। ਬਹੁਤ ਸਟਾਰ ਕਿੰਨੇ ਤੋਂ 5 ਵਿੱਚ? ਮੈਂ ਤਾਂ 5 ਸਟਾਰ ਦੂੰਗਾ ਮੂਵੀ ਨੂੰ, ਪਰਮੇਸ਼ਰ ਮੈਂ ਇਜ਼ ਬੈਸਟ। ਤੇ ਜੋੜੀ ਕੀ ਵਧੀਆ ਲੱਗੀ ਦੋਨਾਂ ਦੀ? ਬਹੁਤ ਵਧੀਆ ਭਾਅ ਜੀ, ਤੁਹਾਡੇ ਵੱਲੋਂ? ਮਜ਼ੇਦਾਰ ਮੂਵੀ। ਸਟਾਰ ਕਿੰਨੇ ਕਿੰਨੇ? 5 ਸਟਾਰ। ਚਲੋ ਥੈਂਕ ਯੂ ਭਾਅ ਜੀ, ਥੈਂਕਸ ਅ ਲੋਟ, ਥੈਂਕ ਯੂ। ਮੂਵੀ ਕਿਹੋ ਜਿਹੀ ਲੱਗੀ? ਬਹੁਤ ਵਧੀਆ ਲੱਗੀ ਜੀ। ਕਿੰਨੇ ਸਟਾਰ 5 ਵਿੱਚੋਂ? 5 ਤੇ 5 ਹੀ ਦੂੰਗਾ ਜੀ। ਅੱਛਾ, ਪਰਮੇਸ਼ ਵਰਮਾ ਦੀ ਪਹਿਲਾਂ ਨਾਲੋਂ ਐਕਟਿੰਗ ਕਿਹੋ ਜਿਹੀ ਲੱਗੀ ਤੁਹਾਨੂੰ? ਪਹਿਲੇ ਠੀਕ ਸੀ, ਇਸ ਵਾਰ ਬਹੁਤ ਬੜੀ ਐਕਟਿੰਗ ਕੀਤੀ ਉਹਨਾਂ ਨੇ। ਇੰਪਰੋਵਾਈਜ਼ ਹੋਇਆ? ਹਾਂਜੀ ਹੋਇਆ ਜੀ। ਸਟੋਰੀ ਡਿਫਰੈਂਟ ਲੱਗੀ? ਬਹੁਤ ਡਿਫਰੈਂਟ ਸਟੋਰੀ। ਚਲੋ ਭਾਅ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਭਾਅ ਜੀ, ਓਕੇ ਜੀ, ਚਲੋ। ਹਾਂਜੀ ਭਾਅ ਜੀ, ਕਿੱਦਾਂ ਕੀ ਹਾਲ ਚਾਲ? ਵਧੀਆ ਵੀਰ। ਮੂਵੀ ਕਿਹੋ ਜਿਹੀ ਲੱਗੀ? ਮੂਵੀ ਕਾਫੀ ਵਧੀਆ ਸੀ ਵੀਰ। ਸਟਾਰ ਕਿੰਨੇ 5 ਵਿੱਚੋਂ? 5 ਵਿੱਚੋਂ 5 ਦੇ ਦੂੰਗਾ ਵੀਰ। ਪੂਰੇ 5? ਹਾਂਜੀ ਵੀਰ। ਮਤਲਬ ਕੋਈ ਕਮੀ ਨਹੀਂ ਹੈਗੀ? ਨਹੀਂ, ਕਮੀ ਤਾਂ ਕੋਈ ਨਹੀਂ ਹੈ, ਐਕਸ਼ਨ ਵੀ ਵਧੀਆ, ਹਰ ਰੋਮਾਂਸ ਵੀ ਬਹੁਤ ਅੱਛਾ। ਅੱਛਾ, ਕੈਮਿਸਟਰੀ ਅੱਛੀ ਦੀ ਦੋਨੋਂ ਦੀ? ਅੱਛਾ, ਸੋਨਮ ਬਾਜਵਾ ਔਰ ਪਰਮੇਸ਼ ਵਰਮਾ। ਜੋੜੀ ਕਿਹਦੀ ਵਧੀਆ ਲੱਗਦੀ? ਪਰਮੇਸ਼ ਨਾਲ? ਪਰਮੇਸ਼ ਨਾਲ ਸੋਨਮ ਬਾਜਵਾ ਦੀ ਕਾਫੀ ਵਧੀਆ ਲੱਗੀ। ਚਲੋ ਵਧੀਆ, ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ? ਬਹੁਤ ਵਧੀਆ। ਕਿਹੜੀ ਮੂਵੀ ਦੇਖ ਕੇ ਆ ਰਹੇ ਭਾਅ ਜੀ? ਜਿੰਦੇ ਮੇਰੀ ਹੈ ਜੀ। ਕਿਹੋ ਜਿਹਾ ਰਿਸਪੌਂਸ ਆ? ਬਹੁਤ ਵਧੀਆ ਜੀ, ਬਹੁਤ ਵਧੀਆ। ਐਕਟਿੰਗ ਕਿਹੋ ਜਿਹੀ ਲੱਗੀ ਭਾਅ ਜੀ? ਬਹੁਤ ਘੈਂਟ ਆ ਜੀ। ਅੱਛਾ, 5 ਵਿੱਚੋਂ ਕਿੰਨੇ ਸਟਾਰ? 5 ਜੀ 5। ਅੱਛਾ, ਇਸ ਵਾਰ ਜੋੜੀ ਆਈ ਹੈ ਸੋਨਮ ਬਾਜਵਾ ਅਤੇ ਪਰਮੇਸ਼ ਵਰਮਾ ਦੀ, ਦੋਨਾਂ 'ਚ ਕਿੰਨਾ ਕੁ ਫਰਕ ਹੈ, ਅਤੇ ਪਹਿਲਾਂ ਜਿਹੜੀ ਮੂਵੀਜ਼ ਕੀਤੀਆਂ ਨੇ ਉਹਨਾਂ 'ਚ ਕਿੰਨਾ ਕੁ ਫਰਕ ਆ? ਸੋਨਮ ਬਾਜਵਾ ਦੀ ਬਹੁਤ ਵਧੀਆ ਐਕਟਿੰਗ ਆ ਜੀ। ਸੋਨਮ ਬਾਜਵਾ ਪਰਮੇਸ਼ ਵਰਮਾ ਦੀ ਨਹੀਂ? ਪਰਮੇਸ਼ ਵਰਮਾ ਦੀ ਤਾਂ ਘੈਂਟ ਹੈ ਹੀ ਆ ਜੀ, ਸੋਨਮ ਬਾਜਵਾ ਦੇਖ ਕੇ ਮਜ਼ਾ ਕੁਛ ਹੋਰ ਆ। ਅੱਛਾ, ਹਾਂਜੀ ਹਾਂਜੀ। ਅਤੇ ਅਗਲੀ ਵਾਰੀ ਪਰਮੇਸ਼ ਭਾਅ ਜੀ ਨੂੰ ਕਿਹਨਾਂ ਦੇ ਨਾਲ ਦੇਖਣਾ ਪਸੰਦ ਕਰੋਗੇ? ਨੀਰੂ ਬਾਜਵਾ ਨਾਲ। ਨੀਰੂ ਬਾਜਵਾ, ਨੀਰੂ ਬਾਜਵਾ ਨਾਲ। ਕੀ ਬਾਤ ਹੈ, ਨੀਰੂ ਬਾਜਵਾ ਦੀ ਹਲੇ ਹੈਗੀ ਹੈ? ਨੀਰੂ ਬਾਜਵਾ ਦੀ ਜਿਹੜੇ ਹੈ ਨਾ ਪੁਰਾਣੀਆਂ ਮਤਲਬ ਫਿਲਮਾਂ ਫੁਲਮਾਂ, ਮਤਲਬ ਐਕਟਿੰਗ ਬਹੁਤ ਸੋਹਣੀ ਲੱਗਦੀ ਸਾਨੂੰ ਨੀਰੂ ਬਾਜਵਾ ਦੀ, ਅਤੇ ਪਰਮੇਸ਼ਰ ਨੂੰ ਦੇਖਣਾ ਚਾਹੁੰਦੇ ਨੀਰੂ ਬਾਜਵਾ ਨਾਲ ਇੱਕ ਫਿਲਮ 'ਚ। ਕਰੋ ਭਾਅ ਜੀ ਨੂੰ ਮੇਲ ਕਰੋ, ਰਿਸਪੌਂਸ ਪਾਓ ਇੱਕ ਵਾਰੀ, ਠੀਕ ਹੈ? ਅਤੇ ਭਾਅ ਜੀ ਕਿੰਨੇ ਰਿਸਪੌਂਸ ਤੁਹਾਡੇ ਵੱਲ, ਕਿੰਨੇ ਸਟਾਰ? ਆਪਣੇ ਕੋਲ 4 ਜੀ। 4? ਹਾਂਜੀ 4 ਤੁਹਾਡੇ ਵੱਲੋਂ, 4 ਤੁਹਾਡੇ ਵੱਲੋਂ। ਹਾਂਜੀ, ਚਲੋ ਥੈਂਕ ਯੂ ਵੈਰੀ, ਥੈਂਕਸ ਅ ਲੋਟ, ਥੈਂਕ ਯੂ। ਹਾਂਜੀ ਮੈਮ, ਮੂਵੀ ਕਿਹੋ ਜਿਹੀ ਲੱਗੀ? ਅੱਛੀ ਦੀ, ਬਹੁਤ ਅੱਛੀ ਮੂਵੀ ਸੀ। ਸਟਾਰ ਮੈਮ 5 ਵਿੱਚੋਂ ਕਿੰਨੇ? 5। ਤੇ ਜੋੜੀ ਹੈ ਇਹਨਾਂ ਦੀ ਸੋਨਮ ਬਾਜਵਾ ਅਤੇ ਪਰਮੇਸ਼ ਵਰਮਾ ਦੀ, ਕਿਹੋ ਜਿਹੀ ਲੱਗੀ? ਅੱਛੀ ਹੋਤੀ ਹੈ ਇਨਕੀ। ਹਮੇਸ਼ਾ ਅੱਛੀ ਹੁੰਦੀ ਹੈ, ਤੇ ਸਟੋਰੀ 'ਚ ਕੋਈ ਡਿਫਰੈਂਟ ਲੱਗਿਆ? ਹਾਂਜੀ। ਕੀ ਡਿਫਰੈਂਸ ਹੈਗਾ? ਕਾਫੀ ਅੱਛੀ ਸੀ, ਮਤਲਬ ਪਹਿਲੀ ਮੂਵੀ ਦੇਖੀ ਅਸੀਂ ਡਿਫਰੈਂਟ ਪਰਮੇਸ਼ ਵਰਮਾ ਦੀ। ਅੱਛੀ, ਤੁਹਾਡੇ ਵੱਲੋਂ ਮੈਮ ਕੀ? ਸੇਮ। ਥੈਂਕ ਯੂ ਮੈਮ, ਥੈਂਕਸ ਅ ਲੋਟ। ਸਤਿ ਸ਼੍ਰੀ ਅਕਾਲ। ਕਿਹੋ ਜਿਹੀ ਲੱਗੀ ਮੂਵੀ? ਅੱਛੀ ਸੀ। ਬਸ ਅੱਛੀ ਸੀਗੀ? ਹਾਂ ਬਸ ਅੱਛੀ ਸੀ। ਤੇ ਮੈਨੂੰ ਲੱਗਦਾ ਸਟਾਰ ਵੀ ਘੱਟ ਦੋਗੇ। ਮੈਨੂੰ ਲੱਗਦਾ ਵੀ ਸਭ ਫੈਮਿਲੀ ਨੂੰ ਦੇਖ ਕੇ ਆਣੀ ਚਾਹੀਦੀ ਮੂਵੀ, ਐਂਟਰਟੇਨ ਆ, ਲਵ ਵੀ ਆ, ਸਕੋਪ ਵਧੀਆ ਜੀ ਫਿਲਮ ਦਾ। ਪਹਿਲਾਂ ਨਾਲੋਂ ਕਿੰਨੀ ਡਿਫਰੈਂਸ ਹੈ ਮੂਵੀ 'ਚ? ਥੋੜ੍ਹੀ ਡਿਫਰੈਂਸ ਹੈ, ਅੱਗੇ ਨਾਲੋਂ ਜ਼ਿਆਦਾ ਐਂਟਰਟੇਨ ਆ, ਵਧੀਆ ਪਿਆਰ, ਤੁਹਾਨੂੰ ਸਭ ਕੁਝ ਕੰਸੈਪਟ ਵਧੀਆ ਦੇਖਣ ਨੂੰ ਮਿਲੇਗਾ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹੈਲੋ। ਕਿਹੜੀ ਮੂਵੀ ਦੇਖ ਕੇ ਆ ਰਹੇ ਹੋ ਜੀ? ਜਿੰਦੇ ਮੇਰੇ। ਕਿਹੋ ਜਿਹੀ ਲੱਗੀ? ਅੱਛੀ ਸੀ, ਲਵ ਸਟੋਰੀ ਸੀ ਤਾਂ ਓਬਵੀਅਸਲੀ ਅੱਛੀ ਹੋ ਗਈ। ਐਕਸ਼ਨ ਸੀਗਾ? ਐਕਸ਼ਨ ਹਾਂ, ਐਕਸ਼ਨ ਤਾਂ ਥਾ ਹੀ ਓਬਵੀਅਸਲੀ, ਪਰਮੇਸ਼ ਵਰਮਾ ਐਕਸ਼ਨ ਨਾ। 5 ਵਿੱਚੋਂ ਕਿੰਨੇ ਸਟਾਰ? 4.5। ਸੋਨਮ ਬਾਜਵਾ ਤੇ ਪਰਮੇਸ਼ ਵਰਮਾ ਦੀ ਜੋੜੀ ਕਿਹੋ ਜਿਹੀ ਲੱਗੀ?
अच्छी थी काफ़ी केमिस्ट्री उनकी अच्छी लग रही थी मूवी में नाइस। तो परमेश भाजी को अगली बार किहड़ी हीरोइन नाल देखना पसंद करोगे? आई डोंट नो। चलो ठीक है, थैंक यू जी, थैंक यू, थैंक यू। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਮੂਵੀ ਦੇਖਿਆ? ਆਪਾਂ ਦੇਖੀ ਸੀ ਜਿੰਦੇ ਮੇਰੀ ਹੈ। ਕਿਹੋ ਜਿਹੀ ਲੱਗੀ? ਬਹੁਤ ਵਧੀਆ ਮੂਵੀ ਹੈ, ਬਹੁਤ ਸੁਪਰ ਬਲੋਕਬਸਟਰ ਮੂਵੀ ਆ। ਅੱਛਾ, ਸੇਰਾ ਮੂਵੀ ਆ। ਕਿੰਨੀ ਕੁ ਡਿਫਰੈਂਟ ਆ ਪਹਿਲਾਂ ਮੂਵੀ ਨਾਲੋਂ? ਪਹਿਲਾਂ ਨਾਲੋਂ ਕਾਫੀ ਕੁਛ ਨਵਾਂ ਸੀਗਾ, ਕਾਫੀ ਕੁਛ ਸਿੱਖਣ ਲਈ ਵੀ ਕਾਫੀ ਕੁਛ ਸੀਗਾ। ਮਤਲਬ ਜਿੰਦੇ ਮੇਰੀ ਆਪਣੀ ਆਪਣੀ ਲਾਈਫ ਨੂੰ ਲੈ ਕੇ ਚੱਲਦਾ ਅੱਗੇ, ਮਤਲਬ ਕਿ ਨਾ ਕਿੱਥੇ ਹੁੰਦਾ ਉਹਨੂੰ, ਕਿੱਥੇ ਕੀ ਬਣਾ ਦਿੰਦੀ ਹੈ, ਮਤਲਬ ਕਿ ਨਾ ਹਾਲਾਤ ਆਪਾਂ ਨੂੰ ਕੀ ਕੁਛ ਕਰਨ ਨੂੰ ਮਜਬੂਰ ਕਰ ਦਿੰਦੇ, ਆਪਾਂ ਨੂੰ ਵੀ ਨਹੀਂ ਪਤਾ। ਇਸ ਕਰਕੇ ਆਪਾਂ ਨੂੰ ਮਤਲਬ ਆਪਣਾ ਕਹਿੰਦਾ ਪਿਛਲਾ ਇੱਧਰ ਲਓ, ਸਭ ਕੁਛ ਦੇ ਕੇ ਚੱਲਣਾ, ਆਪਣੇ ਮਾਪੇ ਸਭ ਕੁਛ ਦੇ ਕੇ ਚੱਲਣਾ ਚਾਹੀਦਾ। ਭਾਜੀ ਨੇ ਕਨਕਲੂਜਨ ਦੱਸ ਤਾ, ਮੈਨੂੰ ਲੱਗਦਾ ਮੂਵੀ ਦੇਖਣ ਦੀ ਲੋੜ ਨਹੀਂ ਹੈ। ਹਾਂ, ਮੂਵੀ ਬਹੁਤ ਸਿਰ ਹੈ ਜੀ, ਮੂਵੀ ਬਹੁਤ ਐਂਡ ਹੈ। 5 ਵਿੱਚੋਂ ਕਿੰਨੇ ਸਟਾਰ? 5 ਵਿੱਚੋਂ 5 ਸਟਾਰ। 5 ਵਿੱਚੋਂ 5 ਸਟਾਰ। ਅੱਛਾ, ਹੁਣ ਇਹਨਾਂ ਵਾਰੀ ਇਹਨਾਂ ਨੇ ਸੋਨਮ ਬਾਜਵਾ ਨਾਲ ਮੂਵੀ ਕੀਤੀ ਆ। ਹਾਂਜੀ। ਅਗਲੀ ਵਾਰ ਪਰਮੇਸ਼ ਭਾਜੀ ਨੂੰ ਕਿਹੜੀ ਹੀਰੋਇਨ ਨਾਲ ਦੇਖਣਾ ਪਸੰਦ ਕਰੋਗੇ? ਅਗਲੀ ਵਾਰ ਉਹਨਾਂ ਨੂੰ ਵੈਸੇ ਨਾ ਮੈਨੂੰ ਤਾਂ ਵਾਮਿਕਾ ਗਾਬੀ ਨਾਲ ਬਹੁਤ ਸੋਹਣੇ ਲੱਗਦੇ। ਹਾਂ, ਵਾਮਿਕਾ ਗਾਬੀ ਨਾਲ ਸਾਨੂੰ ਸਮਾਈਲ ਬਹੁਤ ਘੈਂਟ ਆ, ਕਿਉਂਕਿ ਨਾ ਸਾਡੇ ਮਤਲਬ ਬਹੁਤ ਮਤਲਬ ਵਧੀਆ ਨੇ ਉਹ ਵੀ, ਬਹੁਤ ਬਹੁਤ ਕਿਊਟ ਜਿਹੇ ਨੇ, ਬਹੁਤ ਸਵੀਟ ਜਿਹੇ ਨੇ, ਮੈਨੂੰ ਵਧੀਆ ਲੱਗਦੇ ਨੇ ਉਹਨਾਂ ਨਾਲ, ਜ਼ਿਆਦਾ ਜੱਸਦੇ ਨੇ ਉਹ। ਹਾਂ, ਕਿਉਂਕਿ ਉਹਨਾਂ ਦੀ ਪਹਿਲਾਂ ਮੂਵੀ ਆਈ ਸੀ ਕਿਹੜੀ ਸੀ? ਉਹ ਦਿਲ ਦੀਆਂ ਗੱਲਾਂ, ਉਹ ਬਹੁਤ ਸੋਹਣੀ ਮੂਵੀ ਸੀ ਦੋਨਾਂ ਦੀ, ਦੋਨਾਂ ਦੇ ਕਰੈਕਟਰ ਬਹੁਤ ਵਧੀਆ ਸੀਗੇ, ਤਾਂ ਕਰਕੇ ਜੇ ਇਹ 'ਚੋਂ ਵੀ ਇਹ ਹੁੰਦੇ ਨਾ ਹੋਰ ਸੀਰੀਅਲ। ਵੈਸੇ ਆ ਵੀ ਸੋਨਮ ਬਾਜਵਾ ਵੀ ਬਹੁਤ ਵਧੀਆ ਨੇ, ਬਹੁਤ ਵਧੀਆ ਐਕਟਿੰਗ ਕੀਤੀ ਇਹਨਾਂ ਨੇ ਵੀ, ਬਹੁਤ ਮਜ਼ਾ ਆਇਆ ਦੇਖਣ 'ਚ, ਬਹੁਤ ਫਨ ਕੀਤਾ ਆਪਾਂ। ਥੈਂਕ ਯੂ ਭਾਜੀ, ਥੈਂਕਸ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੜੀ ਮੂਵੀ ਦੇਖ ਕੇ ਆ ਰਹੇ ਹੋ ਜੀ? ਜਿੰਦੇ ਮੇਰੀ ਹੈ। ਇਹੋ ਜੀ ਲੱਗੀ? ਬਹੁਤ ਵਧੀਆ, ਲਵ ਸਟੋਰੀ ਸੀ, ਬਹੁਤ ਅੱਛੀ ਸੀ, ਬਹੁਤ ਵਧੀਆ ਲੱਗੀ ਆ ਸਟੋਰੀ। ਪਹਿਲਾਂ ਪਰਮੇਸ਼ ਭਾਈ ਦੀ ਕਿਹੜੀ ਕਿਹੜੀ ਮੂਵੀ ਦੇਖੀ ਹੈ? ਵੈਸੇ ਤਾਂ ਸਾਰੀਆਂ ਹੀ, ਬਿਕੋਜ਼ ਬਹੁਤ ਫੇਵਰੇਟ ਨੇ ਉਹ ਮੇਰੇ, ਸਾਰੀਆਂ ਹੀ ਉਹਨਾਂ ਦੀਆਂ ਮੂਵੀਆਂ ਦੇਖਦੀਆਂ ਸੀ। ਅਤੇ ਪਹਿਲਾਂ ਜਿੰਨੇ ਕਿ ਮੂਵੀਜ਼ ਕੀਤੀਆਂ, ਕੋਈ ਡਿਫਰੈਂਸ ਲੱਗਾ ਤੁਹਾਨੂੰ? ਠੀਕ ਸੀ, ਹੈ ਸੀ ਲਵ ਸਟੋਰੀ, ਬਟ ਜਿੱਦਾਂ ਹੋਰ ਪੰਜਾਬੀ ਮੂਵੀਆਂ ਆਉਂਦੀਆਂ ਨੇ ਉਹਨਾਂ ਦਾ ਕੁਛ ਡਿਫਰੈਂਟ ਸੀ। ਜੈਸੇ ਪਹਿਲਾਂ ਲਾਸਟ 'ਚ ਮੇਲ ਮਿਲਾਪ ਹੋ ਜਾਂਦਾ, ਕੁਛ ਇੱਦਾਂ ਦਾ ਨਹੀਂ ਸੀ। ਠੀਕ ਸੀ, ਬਹੁਤ ਵਧੀਆ ਮੂਵੀ ਸੀ। 5 ਵਿੱਚੋਂ ਕਿੰਨੇ ਸਟਾਰ? 4.5। ਅੱਛਾ, ਮੈਥਸ ਤੁਸੀਂ ਮੈਨੂੰ ਲੱਗਦਾ ਜ਼ਿਆਦਾ ਪੜ੍ਹਦੇ ਹੋ। ਨਹੀਂ, ਮੈਂ ਮੈਡੀਕਲ ਸਟੂਡੈਂਟ ਹਾਂ। ਚਲੋ ਠੀਕ ਹੈ, ਥੈਂਕ ਯੂ ਜੀ, ਥੈਂਕਸ ਅ ਲੋਟ, ਥੈਂਕ ਯੂ। ਸੋ ਦੋਸਤੋ, ਐਵੇਂ ਮਿਲਦੇ ਰਹਾਂਗੇ ਹਰ ਫਿਲਮ ਦੇ ਨਾਲ, ਹਰ ਫਿਲਮ ਦੇ ਰਿਵਿਊਜ਼ ਦੇ ਨਾਲ। ਸੋ ਤੁਸੀਂ ਦੇਖਦੇ ਰਹੋ ਜਸਕਾ ਟੀਵੀ, ਮੈਂ ਤੁਹਾਡਾ ਆਪਣਾ ਤੇਜਪਾਲ ਸਿੰਘ, ਸਤਿ ਸ਼੍ਰੀ ਅਕਾਲ।